ਮਾਰਾ ਨਾਮ ਗੁਰਜੰਟ ਸਿੰਘ, ਪਿੰਡ ਕੋਲੇ ਮਾਜਰਾ, ਬਲਾਕ ਘਨੌਰ ਦੇ ਵਾਸੀ, ਜ਼ਿਲ੍ਹਾ ਪਟਿਆਲਾ। ਯਹਾਂ ਪੇ ਖੱਟੜ ਸਰਕਾਰ ਔਰ ਮੋਦੀ ਸਰਕਾਰ ਕੀ ਵਜ੍ਹਾ ਸੇ ਸੜਕੋਂ ਕੇ ਉੱਪਰ, ਰੇਲ ਪਟੜੀਓਂ ਕੇ ਉੱਪਰ ਉਤਰਨਾ ਪੜ ਰਹਾ ਹੈ ਕਿਸਾਨੋਂ ਕੋ। ਹਾਂਜੀ, ਅਸੀਂ ਤਾਂ ਉਮੀਦ ਕਰ ਰਹੇ ਹਾਂ, ਦੇਖੋ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇੱਥੇ ਰੇਲ ਦੀ ਪਟੜੀਆਂ 'ਤੇ ਖੱਜਲ ਖੁਆਲ ਹੋਣ ਦਾ ਜਾਂ ਸੜਕਾਂ 'ਤੇ ਖੱਜਲ ਖੁਆਲ ਹੋਣ ਦਾ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ। ਸਾਨੂੰ ਆਪਣਾ ਕੰਮ ਕਰਨ ਦਿਓ, ਸਾਡੀਆਂ ਮੰਗਾਂ ਜੋ ਸਾਡੀ ਮੰਗਾਂ ਨੇ ਦੋ ਤਿੰਨ ਉਹ ਪੂਰੀਆਂ ਕਰਕੇ ਅਸੀਂ ਸਾਨੂੰ ਆਪਣਾ ਕੰਮ ਕਰਨ ਦਿਓ। ਇਹ ਸਰਕਾਰਾਂ ਇਹ ਚਾਹੁੰਦੀਆਂ ਵੀ ਇਹ ਕਿਸਾਨਾਂ ਨੂੰ ਉਲਝਾ ਕੇ ਰੱਖਿਆ ਜਾਵੇ, ਇਹਨਾਂ ਦੇ ਤਸੱਦਰ ਡਾਇਆ ਜਾਵੇ ਜਿੰਨਾ ਡਾ ਸਕਦੇ ਹਾਂ, ਕਿਉਂ ਅਸੀਂ ਪੰਜਾਬ ਦੇ ਵਾਸੀ ਨਹੀਂ ਹੈਗੇ। ਸਾਡੇ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਿਹਾ, ਇੰਨਾ ਅੱਤਿਆਚਾਰ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਜੋਗਿੰਦਰ ਸਿੰਘ ਉਗਰਾਹਾਂ ਜੀ, ਕਿੰਨਾ ਇੰਪੋਰਟੈਂਟ ਹੈ ਆਪਕੇ ਲਈ ਇਹ ਪ੍ਰੋਟੈਸਟ, ਕਿਤਨੇ ਸਮੇਂ ਕੇ ਲਈ ਟ੍ਰੇਨ ਰੋਕੀ ਗਈ? ਇਹ ਅੱਜ 12 ਵਜੇ ਸੇ ਲੈ ਕੇ 4 ਵਜੇ ਤੱਕ ਰੋਕੀ ਜਾਏਗੀ ਜੀ। ਹਾਂ, ਆਪਣੇ ਹੱਕਾਂ ਕੇ ਲਈ ਆਪਣੀ ਲੜਾਈ ਲੜ ਰਹੇ ਹੈ। ਸ਼ੰਭੂ ਬਾਰਡਰ ਪੇ ਹਮ ਦੋ ਵਾਰੀ ਗਏ ਹੈ, ਆਜ ਤੀਸਰਾ ਦਿਨ ਹੀ ਯਹੀਂ ਪੇ ਹੈ, ਤੋ ਬਹੁਤ ਜ਼ਿਆਦਾ ਸਤਰ ਹਟਾਏ ਜਾ ਰਹੇ ਵਹਾਂ ਪੇ, ਬਹੁਤ ਕਿਸਾਨ ਸਾਡੇ ਜ਼ਖਮੀ ਹੋਏ ਹੈ, ਇੱਕ ਦੋ ਕਿਸਾਨ ਕੇ ਹਮਾਰੇ ਕੀ ਆਖੇ ਵੀ ਚਲੀ ਗਈ ਹੈ। ਹਾਂ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਹਾਂ ਪੇ। ਵਹਾਂ ਅਸਲੀ ਰਾਵਡ ਸ਼ਾਮ ਕੋ ਮੀਟਿੰਗ ਤੋਂ ਪਤਾ ਲੱਗ ਜਾਏਗਾ, ਨਹੀਂ ਤੋਂ ਫਿਰ ਦਿੱਲੀ ਤੋਂ ਜਾਏਗੇ। ਹਾਂ, ਪੱਕਾ ਜਾਏਗੇ। ਮੇਰਾ ਨਾਮ ਜੀ ਕੁਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਮਲੇਰਕੋਟ। ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਦਾ ਫੈਸਲਾ ਇਹ ਸਾਡੇ ਸੂਬਾ ਪ੍ਰਧਾਨ ਦਾ। 12 ਵਜੇ ਅਸੀਂ ਟ੍ਰੇਨਾਂ ਰੋਕਣੀਆਂ ਨੇ, 3 ਵਜੇ ਅਸੀਂ ਟ੍ਰੇਨ ਛੱਡ ਕੇ ਜਾਵਾਂਗੇ ਰੋਡ, ਹਾਂ ਟ੍ਰੇਨ ਦੇ ਲੈਣ। ਅਤੇ ਇਹ ਅਸੀਂ ਕਿਉਂ ਰੋਕੀਆਂ ਨੇ, ਕਿਉਂ ਸਾਡੇ ਜਿਹੜੇ ਕਿਸਾਨ ਦਿੱਲੀ ਨੂੰ ਜਾਂਦੇ ਤੇ ਆਪਦੇ ਹੱਕੀ ਮੰਗਾਂ ਲੈ ਕੇ ਉਹਨਾਂ ਦੇ ਲਾਠੀਚਾਰਜ ਕਰਿਆ, ਹਰਿਆਣਾ ਦੇ ਬਾਰਡਰ ਸੀਲ ਕਰੇ ਨੇ, ਇਸ ਕਰਕੇ ਅਸੀਂ ਅੱਜ ਉਹਨਾਂ ਦੇ ਕੈੜੇ ਸ਼ਬਦਾਂ ਨਾਲ ਸੈਂਟਰ ਦੀ ਮੋਦੀ ਸਰਕਾਰ ਦਾ, ਹਰਿਆਣਾ ਦੀ ਖੱਟਰ ਸਰਕਾਰ ਦਾ ਵਿਰੋਧ ਕਰਨ ਲਈ ਇੱਥੇ ਪਹੁੰਚੇ ਹਾਂ। ਹਾਂ, ਅਗਰ ਕੋਈ ਸਿੱਟਾ ਨਿਕਲਦਾ ਠੀਕ ਆ, ਅਤੇ ਜੇ ਨਾ ਕੋਈ ਸਿੱਟਾ ਨਿਕਲਿਆ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਿਆ ਜਾਣਾ, ਸੰਯੁਕਤ ਮੋਰਚੇ ਦੀ ਕਾਲ 'ਤੇ ਔਰ ਬੀਕੇਯੂ ਗ੍ਰਾਹਾਂ ਦੀ ਕਾਲ 'ਤੇ, ਇਹਨੂੰ ਅੱਗੇ ਤਾਲਮੇਲਵਾਂ ਪ੍ਰੋਗਰਾਮ ਰੱਖ ਕੇ ਇਹਨੂੰ ਸਰਗਰਮ ਕਰਿਆ ਜਾ ਸਕਦਾ ਗਾ। ਜਿਵੇਂ ਪਹਿਲਾਂ ਅਸੀਂ ਪੰਜਾਬ ਦੇ ਵਿੱਚੋਂ ਪਿਛਲਾ ਅੰਦੋਲਨ ਜਿਹੜਾ 2020 ਦੇ ਵਿੱਚ ਸ਼ੁਰੂ ਕਰਿਆ ਸੀ, ਟੂਲ ਪਲਾਜ਼ੇ ਫ੍ਰੀ ਕਰਕੇ ਰੱਖੇ ਨੇ, ਇੱਕ ਮਹੀਨਾ ਪੈਟਰੋਲ ਪੰਪਾਂ 'ਤੇ ਬੈਠੇ ਹਾਂ, ਉਦੋਂ ਬਾਅਦ ਅਸੀਂ ਦਿੱਲੀ ਨੂੰ ਗਏਗੇ, ਉਸੇ ਤਰ੍ਹਾਂ ਇਸ ਸੰਘਰਸ਼ ਨੂੰ ਦੁਬਾਰਾ ਤਿੱਖਾ ਕਰਨ ਨੂੰ ਇਹੋ ਜਿਹੇ ਰੂਪ ਅਸੀਂ ਵਰਤ ਸਕਦੇ ਹਾਂ। ਬੀਕੇਯੂ ਜਿਹੜੀ ਬੀਕੇਯੂ ਗ੍ਰਾਹਾਂ ਇਹ ਇੱਕ ਜਥੇਬੰਦੀ ਅਲੱਗ ਆ,
ਸੰਯੁਕਤ ਮੋਰਚੇ ਦੀ ਕਾਲ ਨਾਲ ਤਾਲਮੇਲਵੇਂ ਪ੍ਰੋਗਰਾਮ ਕਰਦੀ ਆ। ਪਹਿਲਾਂ ਤੋਂ ਵੀ ਸਾਡੇ ਸੰਯੁਕਤ ਮੋਰਚੇ ਤਾਲਮੇਲਵੇਂ ਪ੍ਰੋਗਰਾਮ ਅਸੀਂ ਕਰੇ ਨੇ। ਹੁਣ ਵੀ ਜਿਵੇਂ ਸੰਯੁਕਤ ਮੋਰਚੇ ਦੀ ਕਾਲ ਆਊਗੀ ਕਿਸ ਤਰ੍ਹਾਂ ਦੀ ਆਉਂਦੀ ਆ, ਉਸੇ ਤਰ੍ਹਾਂ ਅਸੀਂ ਪੂਰ ਚੜ੍ਹਾਵਾਂਗੇ, ਇਹ ਸੰਘਰਸ਼ ਨੂੰ ਹੋਰ ਅੱਗੇ ਤਿੱਖਾ ਕਰਾਂਗੇ।